अपनी जवानी के दिन च गरीबी बेरोजगारी महंगाई तरह तरह दी मुश्किल ने जिन्ना अंग्रेजा कटने लई भगत सिंह वर्गे हजारा योध्या ने कुर्बानियां दी। अज असीं हाईलाइट्स करके उन्हां कोल जा रहे हैं। कारण कितने ना कितने यह है कि साडे असीं सिस्टम नूं ठीक नहीं कर पाए। सो अज दे दिन वड्डा दिन है, सच्ची श्रद्धांजलि यही होगी कि असीं मैं जिवें फैसला किया सी, ऐलान किया सी कि अज दे दिन असीं एक नंबर जारी करांगे जिहनूं कहांगे कि एंटी करप्शन एक्शन लाइन। वो नंबर अज जारी कर रहे हैं। उस नंबर पर वीडियो भेज के जां आडियो भेज के जे कोई तुहाडे तों रिश्वत मंगदा जां कमीशन मंगदा है साडा स्टाफ उहदी जांच करूगा। ਭਾਵੇਂ ਕੋਈ ਵੀ ਅਫਸਰ ਹੋਵੇ, ਭਾਵੇਂ ਸਾਡਾ ਕੋਈ ਮੰਤਰੀ ਹੋਵੇ, ਸਾਡਾ ਕੋਈ ਐਮਐਲਏ ਹੋਵੇ, ਨੰਬਰ ਕੀ ਹੋਵੇ ਸਰ, ਨੰਬਰ ਕੀ ਹੋਵੇ, ਨੰਬਰ ਕੀ ਹੈ ਸਰ, ਤੁਹਾਡੀ ਸਵਾਲ ਯਾ ਪਿੱਛੇ ਕਰਕੇ ਦਾ ਮੂਹਰੇ ਤੇ। ਅੱਜ ਦੇ ਦਿਨ ਮੈਂ ਕੋਈ ਹੋਰ ਰਾਜਨੀਤਿਕ ਗੱਲ ਨਹੀਂ ਕਰਨੀ ਚਾਹੁੰਦਾ। ਸਾਰੀਆਂ ਪਾਰਟੀਆਂ ਦੇ ਸਾਰੇ ਵਰਗਾਂ ਦੇ ਲੋਕ ਜਿਹੜੇ ਨੇ, ਹੁਸੈਨੀ ਵਾਲੇ ਵੀ ਹੋ ਕੇ ਆਇਆ, ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਨੇ, ਕਿਉਂਕਿ ਉਹ ਸਾਡੇ ਦਿਲਾਂ 'ਚ ਵਸਦੇ ਨੇ ਭਗਤ ਸਿੰਘ। ਔਰ ਭਗਤ ਸਿੰਘ ਹੋਰਾਂ ਨੇ ਜਿਹੜਾ ਇੱਕ ਸ਼ੇਰ ਜਿਹੜਾ ਸੀ ਬੜਾ ਉਹਨਾਂ ਦਾ, ਮੈਂ ਇਹਦੇ ਵੀ ਅਸੀਂ ਬੰਦੇ ਆ ਰਹੇ ਯਾਰ। ਸੋ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ ਨੂੰ ਘਰ ਘਰ ਪਹੁੰਚਾਉਣ ਲਈ ਆਮ ਆਦਮੀ ਪਾਰਟੀ ਦਿਨ ਰਾਤ ਇੱਕ ਕਰ ਦੂਗੀ। ਬਹੁਤ ਸਾਰੇ ਫੈਸਲੇ ਲੈ ਲਏ ਗਏ ਨੇ, ਬਹੁਤ ਸਾਰੇ ਫੈਸਲੇ ਅਜੇ ਪਏ ਨੇ ਬਾਕੀ, ਔਰ ਖਿੜੇ ਮੱਥੇ ਲੋਕ ਪ੍ਰਵਾਨ ਕਰ ਰਹੇ ਨੇ। ਮੈਨੂੰ ਪੰਜਾਬ ਦੇ 3 ਕਰੋੜ ਲੋਕਾਂ ਦਾ ਸਹਿਯੋਗ ਚਾਹੀਦਾ। ਸਰ ਨੰਬਰ